ਅੱਲਾਹਿ ਰਹਿਮਾਨਿ ਰਹੀਮ। ਵਕਤ ਨੂੰ ਮਲਹੂਜ਼ੇ ਖਾਤਰ ਰੱਖਦੇ ਹੋਇਆਂ ਜਿਹੜਾ ਟਾਈਮ ਅਲਾਮਾ ਮੌਲਾਨਾ ਮੁਫਤੀ ਸਫਦਰ ਰਜ਼ਾ ਨੂਰੀ ਸਾਹਿਬ ਨੂੰ ਦਿੱਤਾ ਸੀ ਉਹ ਟਾਈਮ ਬਿਲਕੁਲ ਨੇੜੇ ਵੇ। ਮੈਂ ਇਹਨਾਂ ਨੂੰ 11:30 ਤੋਂ 12 ਵਜੇ ਦਾ ਟਾਈਮ ਯਾਨੀ ਕਿ ਦਰਮਿਆਨ ਦੇ ਵਿੱਚ ਜਿਹੜਾ ਨਾ ਟਾਈਮ ਇਹਨਾਂ ਨੂੰ ਕਿਹਾ ਸੀ ਤੁਸੀਂ ਤਸ਼ਰੀਫ ਲਿਆਏ ਅਤੇ ਅਸੀਂ ਤੁਹਾਨੂੰ ਪੜ੍ਹਾਵਾਂਗੇ। ਮਾਸ਼ਾਅੱਲਾ ਇਹ ਆਪਣੇ ਵਕਤ ਦੀ ਪਾਬੰਦੀ ਨਾਲ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਜਿਹੜਾ ਟਾਈਮ ਦੇਣਾ ਉਹਦੇ ਤੋਂ ਅਸੀਂ ਅੱਧਾ ਪੌਣਾ ਘੰਟਾ ਪਹਿਲੇ ਆਵਾਂਗੇ। ਮਾਸ਼ਾਅੱਲਾ ਬੜੇ ਆਪਣੇ ਅਹਿਸਨ ਤਰੀਕੇ ਨਾਲ ਸੋਹਣੇ ਅੰਦਾਜ਼ ਨਾਲ ਇਹ ਆਪਣੇ ਮਲਫੂਜ਼ਾਤ ਨੂੰ ਸਾਡੇ ਦਿਲਾਂ ਦੇ ਵਿੱਚ ਪੈਵਸਤ ਕਰਨਗੇ। ਅਤੇ ਮੈਨੂੰ ਇੱਕ ਚੀਜ਼ ਦਾ ਦੁੱਖ ਹੋਇਆ ਕਿ ਸਾਡੇ ਅਲਾਮਾ ਮੌਲਾਨਾ ਮੁਫਤੀ ਵਕਾਸ ਅਹਿਮਦ ਮੁਰਤਜ਼ਾਈ ਸਾਹਿਬ ਨਾਲ ਰਾਬਤਾ ਕੋਈ ਨਹੀਂ, ਰਾਬਤਾ ਉਹਨਾਂ ਨਾਲ ਮੇਰਾ ਇਸ ਟਾਈਮ ਮੁਨਕਤਾ ਹੈ, ਯਾਨੀ ਕਿ ਉਹਨਾਂ ਦਾ ਕੋਈ ਮੈਨੂੰ ਚਾਂਸ ਹੀ ਨਹੀਂ ਹੈ ਕਿ ਉਹ ਤਸ਼ਰੀਫ ਲੈ ਕੇ ਆਉਣਗੇ। ਮੈਨੂੰ ਬੜਾ ਇਸ ਚੀਜ਼ 'ਤੇ ਦੁੱਖ ਹੋਇਆ ਕਿ ਚਲੋ ਵਕਤ ਪਿੱਛੇ ਜਿਹੜਾ ਗੁਜ਼ਰਿਆ ਸੀ ਸੋਹਣਾ ਗੁਜ਼ਰਿਆ, ਨਹੀਂ ਸੀ ਅਸੀਂ ਇਸ ਤਰ੍ਹਾਂ ਮਹਿਫਲ 'ਚ ਭਰੀ, ਮਹਿਫਲ 'ਚ ਨਹੀਂ ਸੀ ਉਹਨਾਂ ਨੂੰ ਇੰਨਾ ਕਰਨੀ ਚਾਹੀਦੀ, ਕਿਤੇ ਅੱਗੇ ਪਿੱਛੇ ਕਰ ਲੈਂਦੇ ਅਤੇ ਉਹ ਬਾਹਰ ਹਾ ਸੀ। ਚਲੋ ਬਹਿਰਹਾਲ ਕੋਈ ਨਹੀਂ, ਵਕਤ ਹਰ ਕਿਸੇ ਦਾ ਗੁਜ਼ਰ ਜਾਂਦਾ, ਅੱਲਾ ਕਬੂਲ ਕਰੇ ਸਾਡੀ ਇਸ ਬਜ਼ਮ ਨੂੰ ਮਹਿਫਲ ਨੂੰ। ਸਰਕਾਰ ਗੌਸ ਆਜ਼ਮ ਮਹਿਬੂਬੇ ਸੁਬਹਾਨੀ ਸ਼ੇਖ ਅਬਦੁਲ ਕਾਦਰ ਜਿਲਾਨੀ ਆਪ ਦੀ 11ਵੀਂ ਸ਼ਰੀਫ ਹੀ ਹੈ ਔਰ ਮੇਰੇ ਬਜ਼ੁਰਗਾਂ ਦਾ ਉਰਸ ਮੁਬਾਰਕ ਵੀ ਹੈ। ਠੀਕ ਹੈ, ਮੈਂ ਕਾਰੀ ਸਾਹਿਬ ਕੋਲ ਅਲਾਮਾ ਸਾਹਿਬ ਕੋਲੋਂ ਥੋੜ੍ਹਾ ਜਿਹਾ ਟਾਈਮ ਧਾਰਾ ਲੈਣਾ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਦਿਲ ਆਜ਼ਾਰੀ ਹੋਵੇ, ਕਿਉਂਕਿ ਐਂਡ ਇਨਸ਼ਾਅੱਲਾ ਉਲ ਅਜ਼ੀਜ਼ ਇਹਨਾਂ ਦਾ ਹੀ ਹੈ, ਇਹਤਤਾਮ ਇਹਨਾਂ 'ਤੇ ਹੀ ਹੈ, ਮਹਿਫਲ ਦੀ ਦੁਆ ਇਹਨਾਂ 'ਤੇ ਹੀ ਹੈ, ਕਿਉਂਕਿ ਮੈਨੂੰ ਚਾਂਸ ਨਹੀਂ ਨਾ ਹੈ ਕੋਈ ਕਿਸੇ ਪਾਸੋਂ ਕੋਈ ਸਰੋਕਾਰ ਨਹੀਂ ਦਿਸਦਾ ਪਿਆ ਕਿ ਕਾਰੀ ਸਾਹਿਬ ਆਉਣਗੇ। ਠੀਕ ਹੈ, ਇਹ ਇਹਤਤਾਮ ਇਹਨਾਂ 'ਤੇ ਹੀ ਹੈ। ਇਹਨਾਂ ਤੋਂ ਪਹਿਲੇ ਇੱਕੋ ਭਾਈ ਨੂੰ ਸਿਰਫ 2-3 ਮਿੰਟ ਦੀ ਸਿਫਾਰਿਸ਼ ਹੋਈ ਹੈ, ਬੜੇ ਉਹਨਾਂ ਮੁਹੱਬਤ ਨਾਲ ਆਖਿਆ 3 ਮਿੰਟ ਉਹਨਾਂ ਨੂੰ ਪੜ੍ਹਾਉਣਾ, ਉਸ ਤੋਂ ਬਾਅਦ 2-3 ਮਿੰਟ ਮੇਰੇ ਮਾਮੂ ਨੇ ਸੈਯਦ ਮੁਜ਼ੰਮਲ ਅਲੀ ਸ਼ਾਹ, ਉਹਨਾਂ ਨੂੰ 2-3 ਮਿੰਟ ਪੜ੍ਹਾਵਾਂਗੇ ਅਤੇ ਮੈਂ ਆਪ ਵੀ 1-2 ਮਿੰਟ ਪੜ੍ਹਨਾ। ਠੀਕ ਹੈ, ਕਿਉਂਕਿ ਮੇਰੀ ਵੀ ਖੁਆਇਸ਼ ਹੈ, ਮੇਰੀ ਵੀ ਹਸਰਤ ਹੈ, ਮੇਰੀ ਹਸਰਤ ਰਹਿ ਹੀ ਨਾ ਜਾਏ। ਠੀਕ ਹੈ, ਅਤੇ ਇਨਸ਼ਾਅੱਲਾ ਉਹਦਾ ਜੀ ਉਹ 10 ਮਿੰਟਾਂ ਦੀ ਜੀ, ਮੈਂ 10 ਮਿੰਟ ਜੀ ਤੁਹਾਡੇ ਕੋਲ, ਅਤੇ 10 ਮਿੰਟਾਂ ਦੇ ਵਿੱਚ ਅਸੀਂ ਇਹਨਾਂ ਬੰਦਿਆਂ ਨੂੰ ਕਵਰ ਕਰਨਾ ਇਨਸ਼ਾਅੱਲਾ, ਅਤੇ ਕਰਕੇ ਨਾ ਅਤੇ ਇਨਸ਼ਾਅੱਲਾ ਉਹਦਾ ਜੀ ਅਲਾਮਾ ਸਾਹਿਬ ਨੂੰ ਅਸੀਂ ਆਪਣੇ ਵਕਤ 'ਤੇ ਜਿਹੜਾ ਨਾ ਮਹਿਕ ਦੇ ਦੇਣਾ। ਅਤੇ ਇਨਸ਼ਾਅੱਲਾ ਇਹ ਕਦੀ ਨਹੀਂ ਸੋਚਣਾ ਕਿ ਇਹ ਮਹਿਫਲ ਸਾਡੀ ਕਬੂਲ ਨਹੀਂ, ਇਹ 2 ਹਸਤੀਆਂ ਦੀ ਹੈ, ਇੱਕ ਤਾਂ ਮੇਰੇ ਪੜਦਾਦਾ ਜੀ ਉਹਨਾਂ ਦਾ ਉਰਸ ਮੁਬਾਰਕ ਹੈ ਔਰ ਦੂਸਰੀ ਨਿਸਬਤ ਜਿਹੜੀ ਹਜ਼ੂਰ ਸੈਯਦ ਨਾ ਗੌਸੇ ਆਜ਼ਮ ਜਲਾਨੀ ਮਹਿਬੂਬੇ ਸੁਬਹਾਨੀ ਸ਼ੇਖ ਅਬਦੁਲ ਕਾਦਰ ਜਲਾਨੀ ਜਿਨ੍ਹਾਂ ਦੀ ਅਸੀਂ ਅੱਜ 11ਵੀਂ ਸ਼ਰੀਫ ਮਨਾਈ। ਠੀਕ ਹੈ, 2 ਸ਼ੇਰ ਮੈਂ ਪੜ੍ਹਨੇ ਨੇ ਸਾਰੇ ਮਿਲ ਕੇ। ਸੱਲੱਲਾਹੁ ਅਲੈਕ ਤਕ ਨਾਮ ਜ਼ਰਾ ਕਿਤਨਾ ਹੈ ਪਿਆਰਾ ਹੈ ਦਰਦਾ। ਮਾਮੂ ਜੀ ਉੱਤੇ ਆਓ ਤੁਸੀਂ, ਮੈਂ ਹੁਣ ਵੇਖਿਆ ਤੁਹਾਨੂੰ। ਤਕ ਨਾਮ ਜ਼ਰਾ ਕਿਤਨਾ ਹੈ
ਪਿਆਰਾ ਹੈ ਦਰਦਾ ਹੈ ਦਰਦਾ ਤੱਕ ਨਾਮ ਜ਼ਰਾ ਕਿਤਨਾ ਹੈ ਪਿਆਰਾ ਹੈ ਦਰਦਾ 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 ਦੀਵਾਨਾ ਲੱਗਦਾ ਏ ਦੀਵਾਨਾ ਲੱਗਦਾ ਏ ਜਗ ਸਾਰਾ ਹੈ ਦਰਦਾ ਦੀਵਾਨਾ ਲੱਗਦਾ ਏ ਜਗ ਸਾਰਾ ਹੈ ਦਰਦਾ ਹੈ ਦਰੀਅਮ 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 ਹੋ ਜਾਂਦੀ ਦੀਦਿਓਨੂੰ ਖੁਦ ਕਮਲੀ ਵਾਲੇ ਦੀ ਵਾਲੇ ਦੀ ਵਾਲੇ ਦੀ ਹੋ ਜਾਂਦੀ ਦੀਦਿਓਨੂੰ ਖੁਦ ਕਮਲੀ ਵਾਲੇ ਦੀ ਵਾਲੇ ਦੀ ਜਿਨੂੰ ਵੀ ਹੋ ਜਾਂਦਾ ਜਿਨੂੰ ਵੀ ਹੋ ਜਾਂਦਾ ਇਹ ਨਜ਼ਾਰਾ ਹੈ ਦਰਦਾ ਜਿਨੂੰ ਵੀ ਹੋ ਜਾਂਦਾ ਇਹ ਨਜ਼ਾਰਾ ਹੈ ਦਰਦਾ ਹੈ ਦਰੀਅਮ ਹੈ ਦਰੀਅਮ ਹੈ ਦਰੀਅਮ ਹੈ ਦਰੀਅਮ ਸੋ ਰੱਬ ਦੀ ਜ਼ਰਾ ਵੀ ਤੇ ਉਹਨੂੰ ਥੋੜ ਨਹੀਂ ਰਹਿੰਦੀ 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 ਜਿਹੜੇ ਅਲੀ ਦੇ ਮਲਾਂਗਣੇ ਨਾ ਉਹਨਾਂ ਨੂੰ ਪਤਾ ਹੈ ਸੋ ਰੱਬ ਦੀ ਜ਼ਰਾ ਵੀ ਤੇ ਉਹਨੂੰ ਥੋੜ ਨਹੀਂ ਰਹਿੰਦੀ ਮਲਕੇ ਵੀ ਜੋ ਬੈਠਾ ਮਲਕੇ ਵੀ ਜੋ ਬੈਠਾ ਮਲਕੇ ਵੀ ਜੋ ਬੈਠਾ ਐਤਵਾਰਾ ਹੈ ਦਰਦਾ ਹੈ ਦਰਦਾ ਮਲਕੇ ਵੀ ਜੋ ਬੈਠਾ ਐਤਵਾਰਾ ਹੈ ਦਰਦਾ ਤੱਕ ਨਾਮ ਸਦਾ ਕਿਤਨਾ ਹੈ ਪਿਆਰਾ ਹੈ ਦਰਦਾ ਹੈ ਦਰੀਅਮ ਹੈ ਦਰੀ ਦਰੀਅਮ ਹੈ ਦਰੀਅਮ ਹੈ ਦਰੀਅਮ ਹੈ ਦਰੀਅਮ ਦਰੀਅਮ ਦੁਆਏ ਅੱਲਾਹ ਰੱਬੁਲ ਆਲਮੀਨ ਮੇਰੀ ਤੁਹਾਡੀ ਹਾਜ਼ਰੀ ਆਪਣੀ ਬਾਰਗਾਹ ਚ ਜ਼ਰੂਰ ਮਕਬੂਲ ਫਰਮਾਏ ਔਰ ਜਿੰਨਾ ਵਕਤ ਉਹਨਾਂ ਮਿਲਿਆ ਮੈਂ ਆਖਾਂਗਾ ਕਿ ਬਰਾਏ ਕਰਮ ਉਨਾ ਹੀ ਵਕਤ ਲਾਣ ਉਸ ਤੋਂ ਮਜ਼ੀਦ ਲਾਣ ਤਾਂ ਮੁਨਾਸਿਬ ਨਹੀਂ